ਮਾਸ਼ਾਅੱਲਾ ਵੀਵਾਰ ਇਹ ਹੀ ਵੇ ਅੱਡਾ ਥਾਣਾ ਛਾਬ ਕਲਾਂ ਜਿਹੜਾ ਕਿ ਜ਼ਿਲ੍ਹਾ ਖਾਨੇਵਾਲ ਦੇ ਵਿੱਚ ਵਾਕਿਆ ਹੈ ਤੇ ਇੱਥੋਂ ਦੀਆਂ ਵੀਵਾਰ ਤਰੇ ਚੀਜ਼ਾਂ ਜਿਹੜੀਆਂ ਹਨ ਉਹ ਬਹੁਤ ਜ਼ਿਆਦਾ ਮਸ਼ਹੂਰ ਹਨ ਜਿਹੜੀਆਂ ਕਿ ਅਸਾਂ ਹੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰੇ ਸੂ ਦੇਖੋ ਵੀਵਾਰ ਇਹ 15 ਐਲ ਨਹਿਰੇ ਜਿਹੜੀ ਦੇ ਉੱਤੇ ਇਹ ਅੱਡਾ ਥਾਣਾ ਛਾਬ ਕਲਾਂ ਵਾਕਿਆ ਇਸ ਦੀ ਬੈਕ ਸਾਈਡ ਤੇ ਯਾਨੀ ਮਸ਼ਰਕੀ ਸਾਈਡ ਤੇ ਮੈਲਸੀ ਕਨਾਲ ਲੈਂਕ ਜਿਹੜਾ ਹੈ ਤਾਂ ਗੁਜ਼ਰਦਾ ਪਈ ਵਿਵਰ ਇਹ ਵੇਲੇ ਵਿਵਰ ਅਸਾਂ ਵੀ ਅੱਡਾ ਥਾਣਾ ਛੱਬ ਕਲਾਂ ਦੀ ਤਿਆਰੀ ਕੀਤੀ ਖੜੇ ਆਂ ਕਿਉਂਕਿ ਅਸਾਂ ਉੱਥਾ ਜਾ ਕੇ ਤੇ ਉਸਮਾਨ ਤੇ ਜ਼ਿਸ਼ਾਨ ਵਾਸਤੇ ਦੋ ਜੁੱਤੀਆਂ ਘਿੰਣੀਆਂ ਯਾਨੀ ਕਿ ਗਰਮੀ ਦਾ ਮੌਸਮ ਹੈ ਜਿਹੜੀਆਂ ਕਿ ਉਹ ਨਾਵਣ ਧੋਵਣ ਦੇ ਵਿੱਚ ਧਾਵਣ ਕੀਤੇ ਪਾਤੀ ਰਖਸ਼ਣ ਤੇ ਇਹ ਵੇਲੇ ਵੀਰ ਅਸਾ ਆਪਣੇ ਜਿਹੜਾ ਸਾਡੇ ਪਿੰਡ ਕੋ ਰਾਜਵਾ ਪਾਣੀ ਦੇਂਦਾ ਹੈ ਸਾਡੀਆਂ ਖੇਤਾਂ ਕੋ ਪਾਣੀ ਦੇਂਦਾ ਹੈ ਹੂੰ ਰਾਜਵਾ ਦੇ ਉੱਤੇ ਸਫਰ ਕਰਦੇ ਪਏ ਆ ਬਸ ਤਕਰੀਬਨ 1 ਕਿਲੋਮੀਟਰ ਫਾਸਲੇ ਤੇ ਵੀਰ ਅੱਗੂ ਜਿਹੜਾ ਰਹਾ ਤਾਂ ਰੋਡ ਆਵੰਦਾ ਹੈ ਜਿਹੜਾ ਕਿ ਚੱਕ ਨੰਬਰ 8815 ਦੇ ਵਿੱਚੋਂ ਗੁਜ਼ਰਦਾ ਹੋਏ ਮਹਿਲਸੀ ਕਨਾਲ ਨਹਿਰ ਤੇ ਜਾਂਦਾ ਹੈ ਵਲਾ ਨਹਿਰ ਤੋਂ ਮੋੜ ਕਰਾਂ ਹੀ 84 ਪੋਲ ਤੇ ਜਾਂਦਾ ਹੈ 84 ਪੋਲ ਤੋਂ ਅੱਗੂ ਵੀਵਰ ਜੇ ਰਾਇਤਾ ਅੱਡਾ ਥਾਣਾ ਛਾਬਕਲਾ ਆਵੰਦਾ ਹੈ ਇੰਹੀ ਵੀਡੀਓ ਦੇ ਵਿੱਚ ਹੁਣ ਅਸਾ ਤੋਂ ਆ ਕੁ ਵੀਵਰ ਇੰਹੀ ਰੋਡ ਦੇ ਉੱਤੇ ਚੱਕ ਨੰਬਰ 88 15 ਐਲ ਜੇ ਰਿਹ ਦੇ ਵਿੱਚੋਂ ਅਸਾਂ ਹੁਣ ਗੁਜ਼ਰਦੇ ਪਏ ਆ ਤੁਸੀਂ ਸਾਡੇ ਦੇਖ ਰਹੇ ਹੋ ਰੋਡ ਦੇ ਆਸ-ਪਾਸੋ ਤੋਂ ਆ ਕੁ ਆਬਾਦੀ ਨਜ਼ਰ ਦੇ ਪਈ ਹੈ ਇੰਹੀ ਆਬਾਦੀ ਜਿਹੜੀ ਇਹ ਚੱਕ ਨੰਬਰ 88 15 ਐਲ ਦੀ ਹੈ ਜਿਹੜਾ ਕਿ ਤੁਸੀਂ ਆ ਦੇ ਦੇ ਪਾਇਓ ਦੇਖੋ ਵੀਰ ਇਹ ਸਾਡੇ ਦਿਹਾਤ ਹਰੇ ਭਰੇ ਖੇਤ ਤੇ ਮਾਈਏ ਗਾਂਦੇ ਟਿਉਵਲ ਤੇ ਬਾਇ اخلاق ਲੋਕ ਜੇ ਰਹੇ ਇਨਾ ਸਾਡੇ ਪਿੰਡਾਂ ਦੇ ਵਿੱਚ ਰੈਸ਼ ਪਜ਼ੀਰ ਹਨ ਇਹ ਵੀਰ ਜੇ ਰਹਿਆ ਸੱਚਾ ਅੱਕ ਦੇ ਵਿੱਚੋਂ ਗੁਜ਼ਰਦੇ ਚੱਕ ਨੰਬਰ 88 15 ਐਲ ਤਹਿਸੀਲ ਮੀਆਂ ਚੰਨੂ ਜ਼ਿਲ੍ਹਾ ਖਾਨੇਵਾਲ ਇਵੇਂ ਵਿਵਰ ਅਸਾ ਜਿਹੜੀ ਨਹਿਰ ਦਾ ਤਵਾ ਕੋ ਜ਼ਿਕਰ ਕੀਤਾ ਐ ਐਮਐਲਸੀ ਕਨਾਲ ਲੈਂਕ ਅਸਾ ਉੰਦੀ ਮਸ਼ਰਕ ਵਾਲੀ ਸਾਈਡ ਤੇ ਰੋਡ ਤੇ ਨਹਿਰ ਜਿਹੜੀ ਐ ਉੰਦੀ ਮਗਰਬ ਵਾਲੀ ਸਾਈਡ ਤੇ ਅਸਾ ਉਹ ਰੋਡ ਤੇ ਸਫਰ ਕਰ ਰਹੇ ਪਏ ਆ ਜਿਹੜਾ ਕਿ 84 ਪੁਲ ਮੇਨ ਰੋਡ ਤੇ ਜਾ ਟੱਚ ਥਿੰਦਾ ਐ ਤੇ ਜਿਹੜਾ ਵੱਡਾ ਮੇਨ ਰੋਡ ਸਾਡੇ ਕੋਲੋਂ ਵਿਹਾੜੀ ਨੂੰ ਜਾਂਦਾ ਐ ਤੇ ਅਸਾ ਵੀਵਰ ਇਵੇਂ ਥੋੜੀ ਦੇਰ ਤੱਕ 84 ਪੁਲ ਤੇ ਪਹੁੰਚਦੇ ਪਏ ਆ ਤੇ 84 ਪੋਲ ਤੋਂ ਜਿਹੜਾ ਅਗਲਾ ਅੱਡਾ ਹੈ ਉਹ ਥਾਣਾ ਛਾਬ ਕਲਾਂ ਦਾ ਅੱਡਾ ਹੈ ਤੇ ਵੀ ਵਰ ਅਸਾ ਤੁਹਾਡੇ ਨਾਲ ਥਾਣਾ ਛਾਬ ਕਲਾਂ ਦੀਆਂ ਤਿੰਨ ਗਾਹਲੀ ਸ਼ਹਿਰ ਕੀਤੀਆਂ ਹਨ ਜਿਹੜੀਆਂ ਕਿ ਇੱਥੋਂ ਦੀਆਂ ਚੀਜ਼ਾਂ ਮਸ਼ਹੂਰ ਹਨ ਯਾਨੀ ਕਿ ਇਥੋਂ ਦੀ ਸਭ ਤੋਂ ਪਹਿਲੀ ਜਿਹੜੀ ਚੀਜ਼ ਜਾਂ ਮਸ਼ਹੂਰ ਹੈ ਉਹ ਹੈ ਇਥਾਂ ਦੀ ਵੱਡੀ ਜਿੰਨਾਸ ਦੀ ਮਾਰਕੀਟ ਕਿਉਂਕਿ ਵੀ ਵਰ ਇਹ ਅੱਡਾ ਤਕਰੀਬਨ ਕਾਫੀ ਦਿਹਾਤਾਂ ਦੇ ਦਰਮਿਆਨ ਚਾਹਵਿੰਦਾ ਤੇ ਦਿਹਾਤੀ ਲੋਕਾਂ ਦੀ ਜਿਹੜੀ ਸਾਰੇ ਜਿੰਨਾ ਸੇ ਫਸਲ ਇਂ ਅੱਡੇ ਦੇ ਉੱਤੇ ਵੱਡੇ ਵੱਡੇ ਵਪਾਰੀ ਜਿਹੜੇ ਨੇ ਉਹ ਖਰੀਦ ਗਿੰਦੇ ਨੇ ਇੱਥੂ ਹੈ तकरीबन 20 ਤੋਂ 25 ਵੱਡੀਆਂ ਆੜਤਾਂ ਜਿਹੜੀਆਂ ਤੇ ਹਜ਼ਾਰਾਂ ਮਣ ਦੇ ਹਿਸਾਬ ਨਾਲ ਜਰ ਹਾ ਤਾਂ ਜਿੰਨਸ ਇਕੱਠੀ ਥੀਂਦੀ ਏ ਉਸ ਤੋਂ ਬਾਅਦ ਵੀ ਵਰ ਜਿਹੜੀ ਇੱਥੂ ਦੀ ਚੀਜ਼ ਮਸ਼ਹੂਰ ਏ ਇੱਥਾਂ ਇੱਕ ਬੜਾ ਵੱਡਾ ਮਦਰਸਾ ਹੈ ਜਿਸ ਦਾ ਨਾਂ ਹੈ ਮਦਰਸਾ ਜਾਮੀਆ ਐਸਾਨੁਲ ਮਦਰਿਸ ਵੀਰ ਉੱਥਾ ਹਜ਼ਾਰਾਂ ਦੀ ਤعداد ਦੇ ਵਿੱਚ ਤਲਬਾ ਜਿਹੜੇ ਤਾਂ ਕੁਰਾਨ ਪਾਕ ਦੀ تعلیم ਹਾਸਲ ਕਰ ਰਹੇ ਨੇ ਤੇ ਵਲਾ ਵੀਰ ਇੱਥਾਂ ਉਸ ਮਦਰਸੇ ਦੇ ਵਿੱਚ ਜਿਹੜੇ ਤਲਬਾ ਕੁਰਾਨ ਪਾਕ ਨੂੰ ਹਿਫਜ਼ ਕਰ ਵੈਂਦੇਨ ਵਲ ਉਹ ਜਿਹੜਾ ਇਹ ਤਾਂ ਕਾਰੀ ਤੇ ਆਲਮ ਫਾਜ਼ਲ ਦੀ تعلیم ਵੀ ਇੱਥਾਂ ਜੇ ਰਹਿ ਨਾ ਹਾਸਿਲ ਕਰ ਗਿੰਦਨ ਤੇ ਅਸਾਂ ਹੁਣ ਵੀ ਵਾਰ ਅੱਡੇ ਦੇ ਵਿੱਚ ਪਹੁੰਚ ਆਇਆ ਹੈ ਜਿਹੜਾ ਸਾਡਾ ਮੇਨ ਮਕਸਦ ਆ ਜਿਹੜੇ ਕੰਮ ਵਾਸਤੇ ਅਸਾਂ ਇਹ ਅੱਡੇ ਤੇ ਆਇਆ ਹੈ ਅਸਾਂ ਖਰੀਦਣੀਆਂ ਜ਼ਿਸ਼ਾਨ ਤੇ ਉਸਮਾਨ ਵਾਸਤੇ ਜੁੱਤੀਆਂ ਤੇ ਹੁਣ ਜਾਂਦੇ ਬਸ ਵੀ ਵਾਰ ਜੁਲਦੇ ਪਏ ਜੁੱਤੀਆਂ ਵਾਲੀ ਦੁਕਾਨ ਵਿੱਚ ਇੱਥਾਂ ਜੁੱਤੀਆਂ ਦਾ ਰੇਟ ਵਗੈਰਾ ਚੈੱਕ ਕਰਨੇ ਆ ਜੁੱਤੀਆਂ ਪਸੰਦ ਕਰਨੇ ਆ ਜੁੱਤੀਆਂ ਪਸੰਦ ਕਰਕੇ ਤੇ ਵਾਲਾ ਜੇ ਰਹਿਣਾ ਗੈਨ ਕਿਤੇ ਪਿੱਛੂ ਜੁਲਨੇ ਆ ਆਪਣੇ ਘਰ ਦੋ ਤੇ ਮਿਲਨੇ ਆ ਇਂ ਜੂਤੀਆਂ ਵਾਲੇ ਦੁਕਾਨਦਾਰ ਕੋ ਪੁੱਛਦੇ ਦਸਨੇ ਆ ਕਿ ਕੀ ਰੇਟ ਹੈ ਕਿ ਜੀਆਂ ਜੂਤੀਆਂ ਨ ਅਸਲਾਮੁਅਲੈਕਮ ਭਾਈ ਜਾਨ ਕੀ ਹਾਲ ਹੈ ਠੀਕ ਹੋ ਖਰੀਆ ਤੇ ਵੀਰ ਗਾਲੀਵੇਂ ਹੈ ਭਾਈ ਤੂੰ ਸਾ ਦੇਖਿਓ ਸੀ ਜਾਂ ਸੁਣਿਓ ਸੀ ਕਿ ਫੇਸਬੁੱਕ ਦੇ ਉੱਤੇ ਜਿਹੜੀ ਮਾਰਕੀਟ ਹੈ ਸਾਰੀ ਚੀਜ਼ ਦੀ ਬੜੀ ਸਸਤੀ ਹੈ ਲੇਕਿਨ ਮਾਰਕੀਟ ਦੇ ਵਿੱਚ ਵੀਰ ਜੀ ਵੇਲੇ ਜਾਣਿਆ ਨਾ ਤੇ ਕਿਸੇ ਸ਼ਾਇਦ ਆ ਰੇਟ ਵਗੈਰਾ ਪੁੱਛਨੇ ਆ ਤੇ ਵੀ ਵਾਰ ਉੱਥਾਂ ਬੜੀ ਮੰਗਾਈ ਹੁੰਦੀ ਹੁਣ ਇਹ ਆ ਜੁੱਤੀ ਜਿਹੜੀ ਏ ਇਹ ਤਕਰੀਬਨ 800 ਰੁਪਏ ਸਾਡੇ ਕੋਲ ਉਜੇ ਰਹਾ ਤਾਂ ਮੰਗੀ ਖੜਾ ਹੈ ਅੱਗਾ ਵੀ ਵਾਰ ਤੁਸੀਂ ਹਿਸਾਬ ਲਾ ਗਿਨੋ ਕਿ ਫੇਸਬੁੱਕ ਮਾਰਕੀਟ ਜਿਹੜੀ ਏ ਉਹ ਤਾਂ ਕਾਫੀ ਸਸਤੀ ਏ ਲੇਕਿਨ ਜੀ ਵੇਲੇ ਬਾਜ਼ਾਰ ਦੇ ਵਿੱਚ ਜਾ ਕੇ ਕਾਸ਼ਾ ਖਿੰਨਣ ਦੀ ਕੋਸ਼ਿਸ਼ ਕਰਨ ਨੇ ਆਏ ਜਾਂ ਬਾਜ਼ਾਰ ਵਿੱਚ ਜਾਣੇ ਆਏ ਤੇ ਉੱਥਾਂ ਬੜੀ ਮੰਗੀ ਹੁੰਦੀ ਏ ਤੇ ਇਹ ਵੀ ਵਾਰ ਅਸਾਂ ਪਸੰਦ ਕਰ ਲਈ ਜਿਸ਼ਾਨ ਵਾਸਤੇ ਜੁੱਤੀ ਤੇ ਉਸਮਾਨ ਜਿਹੜਾ ਉਹ ਵੀ ਇੱਕ ਜੁੱਤੇ ਚਾਹਤੇ ਖੜਾ ਲੱਗ ਮੇਨੇ ਪਸੰਦ ਕਾਇ ਨਹੀਂ ਲੇਕਨ ਉਸਮਾਨ ਦੇ ਪਸੰਦੇ ਜੇ ਅਗਰ ਗਿੰਦਾ ਤਾਂ ਉੰਦੀ ਪਸੰਦੇ ਉਹ ਪਾਵਣੀ ਆ ਸਾ ਸਾਡਾ ਕੀ ਆ ਸਾ ਤ ਪੈਸੇ ਵਰਨੇ ਤੋ ਕੋ ਘੇਨ ਦੇਨੇ ਆ ਤੇ ਐ ਵੇਖੋ ਵੀਰ ਅਸਾ ਤੁਹਾਡੇ ਸਾਹਮਣੇ ਜੁੱਤੀਆਂ ਜਿਹੜੀਆਂ ਉਸਮਾਨ ਪਸੰਦ ਕੀਤੀ ਹੈ ਜਾਂ ਮੈਂ ਜਿਸ਼ਾਨ ਵਾਸਤੇ ਪਸੰਦ ਕੀਤੀ ਹੈ ਉਹ ਅਸਾ ਗੇਨ ਲਈਆਂ ਗਿਨ ਕੇ ਤੇ ਤੁਆ ਕੁ ਰੇਕ ਸੀਨ ਜਿਹੜਾ ਹੈ ਤਾਂ ਅੱਡੇ ਦਾ ਚੈੱਕ ਕਰੀਨੇ ਆਂ ਸੀਨ ਅੱਡੇ ਦਾ ਚੈੱਕ ਕਰਾ ਕੇ ਵਲਾਜੇ ਰਾਇ ਘਰ ਤੋਂ ਜੁਲਨੇ ਆ ਉਸ ਤੋਂ ਬਾਅਦ ਵੀਵਰ ਇਹ ਸਾਡੇ ਅੱਡੇ ਛੱਬ ਕਲਾਂ ਦਾ ਸੀਨ ਵੀਵਰ ਦੇ ਘਿੰਨੋ ਇੱਥਾਂ ਬੜੀਆਂ ਵੱਡੀਆਂ ਮਾਰਕੀਟਾਂ ਹੁਣ ਜੁਲਦੇ ਪਏ ਆ ਅਸਾ ਤੁਆ ਕੁ ਜਿਹੜਾ ਹੈ ਬਾਹਰੋਂ ਬਾਹਰ ਰੋਡ ਬਾਈ ਰੋਡ ਇਹ ਰਹਾ ਸਾਜ਼ਿਕ ਕਰ ਤੁਆ ਕੁ ਕੀਤਾ ਹਾ ਜਾਮਿਆ ਮਦਰਸਾ ਐਸਨੁਲ ਮਦਰਸ ਦਾ ਆਉਂਦਾ ਸੀਨ ਤੁਆ ਕੁ ਢਿਖੇਨੇ ਆਂ वला ਜਿਹੜੀ ਤ੍ਰਿਝੀ ਚ ਮਸ਼ਹੂਰ ਅਸਾ ਤੋ ਆਕੂ ਵੀਰ ਇੰ ਅਡੇ ਦੀ ਦਸੀਏ ਉਹ ਇਹ ਇੱਕ ਡਾਕਟਰ ਡਾਕਟਰ ਉਸਮਾਨ ਗਨੀ ਹੂਮੀਓਪੈਥਿਕ ਉ ਵੀਰ ਇਵਾਰ ਇਵਾਰ ਯਾਫਤਾ ਡਾਕਟਰ ਇਹ ਜਿਹਰੇ ਇੱਕ ਗੁੰਗੇ ਬਹਰੇ ਤੇ ਕੰਨਾ ਤੋਂ ਡੋਰੇ ਬਾਲ ਦਾ ਇਲਾਜ ਕੀਤਾ ਤੇ ਅੱਲਾਹ ਤਾਲਾ ਦੀ ਜ਼ਾਤ ਉ ਬੱਚੇ ਕੋ ਸ਼ਫਾ ਦਿੱਤੀਏ ਜਿਹੜਾ ਕੇ ਇ ਡਾਕਟਰ ਉਸਮਾਨ ਗਨੀ ਕੋ ਇਵਾਰਡ ਮਿਲ ਗਏ ਹੁਣ ਵੀਵਰ ਜੁਲਦੇ ਪਿਆ ਜੂਸ ਦੀ ਦੁਕਾਨ ਤੇ ਜਾ ਕੇ ਜੂਸ ਪੀਨੇ ਆ ਗਰਮੀ ਦਾ ਮੌਸਮ ਹੈ ਤੇ ਛੱਬ ਤੇ ਆ ਵੀਏ ਤੇ ਛੱਬ ਦਾ ਜੂਸ ਨਾ ਪੀ ਵੀਏ ਇਹ ਵੀਵਰ ਹੋਈ ਨਹੀਂ ਸਕਦਾ ਇੱਥਾਂ ਅੰਬੇ ਦਾ ਜੂਸ ਜਿਹੜਾ ਹੈ ਬੜਾ ਬਿਹਤਰੀਨ ਮਿਲਦਾ ਹੈ ਸਾਡੇ ਦੋਸਤ ਇਹਰੇ ਕੇ ਸਾਕੂ ਜੂਸ ਪੀ ਲਵੈਂਦੇ ਪੈਨ ਤੇ ਵੀਵਰ ਮੈਂ ਕੋ ਤਾਂ ਅੰਬੇ ਦਾ ਜੂਸ ਪਸੰਦ ਹੈ ਲੇਕਿਨ ਉਸਮਾਨ ਜ਼िद ਕੀਤੀ ਖੜਾਏ ਘੋਟੇ ਦੀ ਹੁਣ ਵੀਵਰ ਅਸਾ ਆ ਗਏ ਘੋਟੇ ਦੀ ਦੁਕਾਨ ਤੇ ਕਿਉਂਕਿ ਉਸਮਾਨ ਜੂਸ ਨਹੀਂ ਪੀਤਾ ਤੇ ਉਹ ਆਖਿਆ ਮੈਂ ਪੀਸਾਂ ਬੂ ਘੋਟਾ ਉਹ ਕੋ ਘੋਟਾ ਪੀਵੰਦੇ ਪਏ ਤੇ ਇਹ ਜਿਹਰੇ ਭਾਈ ਘੋਟਾ ਬਣਾਈ ਖੜੇ ਨੇ ਇਹ ਹਨ ਜ਼ਿਲ੍ਹਾ ਮੁਜ਼ਫਰਗੜ ਦੇ ਇੱਥਾ ਸਾਡੇ ਅੱਡੇ ਤੇ ਆ ਕੇ ਇਨ੍ਹਾਂ ਘੋਟਾ ਪੁਆਇੰਟ ਲਾਏ ਤੇ ਇੱਥਾ ਜਿਹੜਾ ਘੋਟਾ ਸੇਲ ਕਰ ਰਹੇ ਨੇ ਔਰਤਾ ਵਾਸਤੇ ਵੀ ਇਨ੍ਹਾਂ ਦੇ ਕੋਲ ਪਰਦੇ ਦਾ ਇੰਤਜ਼ਾਮ ਹੈ ਤੇ ਵੀ ਵਾਰੇ ਮੁਸਾਫਿਰ ਬੰਦਨ ਤੇ ਸਾਡਾ ਵੀ ਹੱਕ ਬਣਦਾ ਕਿ ਇਨ੍ਹਾਂ ਦੇ ਨਾਲ ਜਿਹੜਾ ਅਸਾ ਤਾਵਨ ਜਿਹੜਾ ਤ ਜਾਰੀ ਰੱਖੋ ਇਸ ਦੇ ਬਾਅਦ ਵੀ ਵਾਰ ਅਸਾਂ ਵਾਪਸ ਆਪਣੇ ਘਾਰ ਆਲੇ ਪਾਸੇ ਤੇ ਪਿਛਲੀ ਵੀਡੀਓ ਦੇ ਤੋਹ ਕੋ ਦਿਖਾਈ ਆ ਸੀ ਇੱਕ ਬੈਂਸਰੀ ਵਾਲਾ ਭਾਈ ਜਿਹੜਾ ਕਿ ਅਈਰ ਦਾ ਛੇਰੂਏ ਉਸਾ ਕੋ ਰਾਤ ਮਿਲ ਗਏ ਤੇ ਅਸਾਂ ਉਹਦਾ ਵੀ ਸੀਨ ਘਨ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ ਇਹ ਦੇਖੋ ਵੀਰ ਉਹੀ ਜਵਾਨ ਹੈ ਜਿਹੜਾ ਬਾਂਸਰੀ ਵਜੇ ਵੀਰ ਅਸਾ ਛੱਬਕਲਾ ਤੂੰ ਜਿਹੜਾ ਕੋ ਸੌਦਾ ਵਗੈਰਾ ਜੁੱਤੀਆਂ ਵਗੈਰਾ ਲਮਣੀਆਂ ਨੇ ਸਬਜ਼ੀ ਲਈ ਲਾਇਕ ਕਿ ਤੇ ਇਸਲੇ ਪਹੁੰਚਾਇਆ ਘਰ ਕਿਉਂਕਿ ਸੂਰਜ ਵੀ ਹੁਣ ਗਰੂਬ ਹੋਣ ਦੇ ਕਰੀਬ ਹੈ ਪਿਆ ਤੇ ਆ ਕੇ ਪਿਛਾਂ ਡੰਗਰ ਵਗੈਰਾ ਪਿਵਾਮਣੇ ਹਾਂ ਤੇ ਉਹਨਾਂ ਨੂੰ ਛਾ ਤਲੂ ਕੱਢਣਾ ਹ ਤੇ ਉਹਨਾਂ ਨੂੰ ਬਾਹਰ ਕੱਢਿਆ ਪਾਣੀ ਪਿਵਾਇਆ ਤੇ ਇਸ ਦੇ ਨਾਲ ਇਹ ਸਾਡੀ ਵੀਡੀਓ ਦਾ ਐਂਡ ਕਰਦੇ ਪਏ ਆ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਪਾਕਿਸਤਾਨ ਜ਼ਿੰਦਾਬਾਦ